कुछ दिन पहला 31 अगस्त को राज्यसभा मैंबर प्रताप सिंह बाजवा के वालों थापे गए इंप्रूवमेंट ट्रस्ट के चेयरमैन पवन कुमार पम्मा अज सरकार के आर्डर से हटा गया अते बटाला दे पहला रहे थे मंत्री तृप्त राजेंद्र सिंह बाजवा दे खास कस्तूरी लाल सेठ नूं मुड़ चेयरमैन थापिया गया। उत्थे कस्तूरी लाल सेठ दे परिवार अते उन्हां दे साथियों दे विच खुशी अते इस दे नाल ही कस्तूरी लाल सेठ ने कहा कि अज उन्हां दी सच्चाई दी जित होई है अते जद उन्हां नूं कुछ दिन पहला हटाया गया सी तां उन्हां दे नाल धक्का होया सी जदकि अज कांग्रेस पार्टी दे वर्कर दी जित होई है। ਇਹ ਕੀਤਾ ਜੋ ਸਰਕਾਰ ਨੇ ਕੀਤਾ ਜਾਂ ਸਾਡੇ ਬਾਜਵਾ ਸਾਹਿਬ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਨੇ ਕੀਤਾ ਵਾ ਠੀਕ ਕੀਤਾ ਉਹਨਾਂ ਨੇ ਪਹਿਲਾਂ ਵੀ ਮੈਨੂੰ ਬਣਾਇਆ ਸੀਗਾ ਅਤੇ ਹੁਣ ਵੀ ਫਿਰ ਮੈਨੂੰ ਬਣਾਇਆ ਵਾ ਉਹਨਾਂ ਨੇ ਇਸ ਚੀਜ਼ ਨੂੰ ਮਹਿਸੂਸ ਕੀਤਾ ਸੀਗਾ ਬਈ ਮੇਰਾ ਬੰਦਾ ਜਿਹੜਾ ਵਾ ਲਾ ਦਿੱਤਾ ਗਿਆ ਵਾ ਮਗਰ ਪ੍ਰਤਾਪ ਸਿੰਘ ਬਾਜਵੇ ਨੂੰ ਇਹ ਗੱਲ ਨਹੀਂ ਸੀ ਕਰਨੀ ਚਾਹੀਦੀ ਜਿਹੜੀ ਉਹਨੇ ਕੀਤੀ ਸੀਗੀ ਮਗਰ ਹੁਣ ਆ ਕੇ ਫਿਰ ਉਹਨਾਂ ਨੇ ਆਪਣਾ ਬੰਦਾ ਉੱਥੇ ਭਾ ਦਿੱਤਾ ਵਾ ਸਾਨੂੰ ਵੇਖੋ ਬੰਦਿਆਂ ਦੇ ਗੁੱਸਾ ਕੋਈ ਨਹੀਂ ਗਾ ਮੇਰੀ ਜਗ੍ਹਾ ਆਹ ਆ ਜਾਵੇ ਤਾਂ ਲੀਡਰਾਂ ਦਾ ਕੰਮ ਆ ਫਲਾਉਣਾ ਆ ਜਾਵੇ ਤਾਂ ਲੀਡਰਾਂ ਦਾ ਕੰਮ ਆ ਸਾਨੂੰ ਤਾਂ ਬਾਜਵਾ ਸਾਹਿਬ ਕਹਿੰਦੇ ਸੀ ਮੈਂ ਬਟਾਲੇ ਦਾ ਇਲੈਕਸ਼ਨ ਲੜਨਾ ਵਾ ਮਗਰ ਉਹਨਾਂ ਨੇ ਇਸ ਚੀਜ਼ ਨੂੰ ਇਹ ਨਹੀਂ ਸੋਚਿਆ ਇਹਦੇ ਨਾਲ ਕੀ ਹੈਗਾ ਵਾ ਮੈਨੂੰ ਇਹਦੇ 'ਚ ਫਾਇਦਾ ਵਾ ਜਾਂ ਨੁਕਸਾਨ ਆ ਬਾਕੀ ਜੋ ਕੀਤਾ ਵਾ ਠੀਕ ਹੋਇਆ ਵਾ ਮੇਰੇ ਤਾਂ ਰੋਸ ਹੈਗਾ ਸੀਗਾ ਮਗਰ ਲਾਹਣ ਦਾ ਕਾਰਨ ਦਾ ਇਹੋ ਹੀ ਸੀਗਾ ਮੈਂ ਇਹ ਆਪਣੇ ਬੰਦੇ ਨੂੰ ਬਣਾ ਕੇ ਅਤੇ ਵੋਟਾਂ ਸ਼ਾਇਦ ਮੇਰੀਆਂ ਵੱਧ ਜਾਣਗੀਆਂ ਉਹਨਾਂ ਵੋਟਾਂ ਘਟੀਆਂ ਵਾ ਵਧੀਆਂ ਨੇ ਅੱਜ ਮੈਨੂੰ ਹਜ਼ਾਰਾਂ ਲੋਕਾਂ ਦੇ ਉਸ ਦਿਨ ਦੇ ਟੈਲੀਫੋਨ ਆਉਂਦੇ ਪਏ ਆ ਹਜ਼ਾਰਾਂ ਲੋਕਾਂ ਦੇ ਆਏ ਹੋਣੇ ਸੇਠ ਜੀ ਇਹਨੇ ਬੜੀ ਗਲਤੀ ਕੀਤੀ ਆ ਇਹਨੂੰ ਕਹਿ ਹੁਣ ਪ੍ਰਤਾਪ ਬਾਜਵੇ ਨੂੰ ਕਹਿ ਵੋਟਾਂ ਲੈ ਆ ਕੇ ਕਾਂਗਰਸ ਜਿਹੜੀ ਆ ਚੜ੍ਹਦੀ ਕਲਾ 'ਚ ਜਾਊਗੀ ਸਾਡੇ ਬਟਾਲਿਓ ਅਬਲ ਤਾਂ ਪੰਜਾਬ 'ਚੋਂ ਹੀ ਜਾਊਗੀ ਸਾਨੂੰ ਤਾਂ ਵੇਖੋ ਜੀ ਮੁੰਡਾ ਜੰਮਣ 'ਚ ਨਹੀਂ ਖੁਸ਼ੀ ਹੋਣ ਡਈ ਹੈ ਜਿਹੜਾ ਪਹਿਲੇ 2 ਸਾਲ ਦਾ ਟਾਈਮ ਸੀ ਉਹਦੇ ਨਾਲੋਂ ਆ 3 ਮਹੀਨੇ ਸਾਨੂੰ ਜ਼ਿਆਦਾ ਖੁਸ਼ੀ ਹੈ ਉਹ ਇਸ ਕਰਕੇ ਸੱਚਾਈ ਦੀ ਜਿੱਤ ਹੋਈ ਹੈ ਬਾਜਵਾ ਸਾਹਿਬ ਨੇ ਜਿਹੜਾ ਬਟਾਲੇ ਦਾ ਵਿਕਾਸ ਕਰਾਇਆ ਸੀ ਉਹਦੇ ਸਿਰ 'ਤੇ ਜੋ ਸੱਚੀ ਨੀਅਤ ਸੀ ਬਾਜਵਾ ਸਾਹਿਬ ਦੀ ਜੋ ਉਹਨਾਂ ਨੇ ਬਟਾਲੇ ਵਾਸੀਆਂ ਲਈ ਕੀਤਾ ਉਹਦਾ ਅਸੀਂ ਸਾਰਾ ਬਟਾਲਾ ਜਿਹੜਾ ਉਹਨਾਂ ਦੇ ਰਿਣੀ ਆ ਉਹਨਾਂ ਦੇ ਦੇਣਦਾਰ ਹਾਂ ਅਸੀਂ ਬਹੁਤ ਖੁਸ਼ ਹਾਂ ਤੁਸੀਂ ਵੇਖਿਆ ਮੇਅਰ ਸਾਹਿਬ ਆਏ ਦੇ ਆ ਸਾਰੇ ਐਮ ਸੀ ਸਾਹਿਬਾਨ ਆਏ ਦੇ ਆ ਅਤੇ ਮਹਾਰਾਜ ਨੇ ਚੜ੍ਹਦੀ ਕਲਾ ਅੱਜ ਕਰਤੀ ਹੈ ਜੀ ਅਸੀਂ ਬਹੁਤ ਖੁਸ਼ ਹਾਂ ਜੀ ਵੇਖੋ ਜੀ 2 ਸਾਲਾਂ ਦੇ ਵਿੱਚ ਪਹਿਲੇ ਇਹ ਪ੍ਰੋਬਲਮ ਆਈ ਕਿ ਸਾਨੂੰ 1.5 ਸਾਲ 'ਤੇ ਕਰੋਨਾ ਕਾਲ ਚੱਲਦਾ ਰਿਹਾ ਜੀ ਅਸੀਂ 8 ਮਹੀਨਿਆਂ 'ਚ ਜੋ ਕੋਸ਼ਿਸ਼ ਕਰ ਸਕਦੇ ਸੀ ਅਸੀਂ ਬਹੁਤ ਵਧੀਆ ਕੀਤਾ 8 ਮਹੀਨਿਆਂ 'ਚ 2 ਬੋਲੀਆਂ ਵੀ ਕਰਾਈਆਂ ਕਿਉਂਕਿ ਕਿਸੇ ਵੀ ਦਫ਼ਤਰ ਦੇ ਵਿੱਚ ਜਾਈਏ ਕੋਈ ਵੀ ਕੰਮ ਸਮਝਣ ਨੂੰ ਟਾਈਮ ਲੱਗਦਾ ਦਫ਼ਤਰ ਦੇ ਮਾਹੌਲ ਦਫ਼ਤਰ ਦੇ ਤਰੀਕੇ ਸਮਝਣ ਨੂੰ ਟਾਈਮ ਲੱਗਦਾ ਸਾਨੂੰ ਹੁਣ ਸਮਝ ਆ ਗਈ ਹੁਣ 3 ਮਹੀਨਿਆਂ 'ਚ ਜਿਹੜੇ ਪੈਂਡਿੰਗ ਵਰਕ ਆ ਅਸੀਂ ਪਹਿਲ ਦੇ ਆਧਾਰ 'ਤੇ ਕਰਾਂਗੇ ਵੇਖੋ ਜੀ ਇਹ ਤਾਂ ਉਹੀ ਦੱਸ ਸਕਦੇ ਜਿਹਨਾਂ ਲਾਇਆ ਕਿ ਜੇ ਉਹਨਾਂ ਨੇ ਸਾਨੂੰ ਨਾ ਇੰਟੀਮੇਟ ਕੀਤਾ ਗਿਆ ਨਾ ਸਾਡਾ ਟਾਈਮ ਪੀਰੀਅਡ ਪੂਰਾ ਹੋਇਆ ਕਿਉਂਕਿ ਇਹਦੀ ਜਿਹੜੀ ਚੇਅਰਮੈਨੀ ਹੁੰਦੀ ਹੈ ਟਿਲ ਫਰਦਰ ਆਰਡਰ ਹੁੰਦੀ ਨੋ ਟਾਈਮ ਲਿਮਿਟ ਦੀ ਹੁੰਦੀ ਹੈ ਸਾਨੂੰ ਦੱਸਿਆ ਵੀ ਨਹੀਂ ਗਿਆ ਉਸੇ ਚੀਜ਼ ਦਾ ਅੱਜ ਦੂਜਿਆਂ ਨੂੰ ਖਮਿਆਜ਼ਾ ਭੁਗਤਣਾ ਪੈਣ ਡਿਆ ਅੱਜ ਉਹਨਾਂ ਨਾਲ ਅਸੀਂ ਉੱਦਾਂ ਹੀ ਕਰਕੇ ਵਿਖਾਇਆ ਚਲੋ ਤੁਰੇ ਜਾਓ ਆਪਣੇ ਘਰਾਂ ਨੂੰ ਵਾਪਸ ਜਿਹੜਾ ਇੱਥੇ ਹੱਕਦਾਰ ਆ ਉਹੀ ਬਹਿਣਾ ਚਾਹੀਦਾ ਬਿਲਕੁਲ ਰੋਸ ਸੀ ਜੀ ਸਾਨੂੰ ਦੱਸਿਆ ਹੁੰਦਾ ਫਿਰ ਕੋਈ ਰੋਸ ਨਹੀਂ ਕਿਉਂਕਿ ਕਾਂਗਰਸ ਦੇ ਸਿਪਾਹੀ ਆ ਕਾਂਗਰਸ ਦੇ ਸਿਪਾਹੀ ਰਹਿਣਾ ਰੋਸ ਇਸੇ ਗੱਲ ਦਾ ਸੀ ਸਾਨੂੰ ਦੱਸਿਆ ਨਹੀਂ ਗਿਆ ਹੁਣ ਜਿਹੜੀ ਚੜ੍ਹਦੀ ਕਲਾ ਬਾਜਵਾ ਸਾਹਿਬ ਨੇ ਕਰਾਤੀ ਹੈ ਸਾਰਾ ਬਟਾਲਾ ਉਹਨਾਂ ਦਾ ਦੇਣਦਾਰ ਹੈ ਸਾਡਾ ਪਰਿਵਾਰ ਉਹਨਾਂ ਦਾ ਦੇਣਦਾਰ ਹੈ ਅਵਾਜ਼ ਕਮ ਟੀਵੀ ਲਈ ਬਟਾਲਾ ਤੋਂ ਪੱਤਰਕਾਰ ਲੱਕੀ ਦੀ ਰਿਪੋਰਟ